ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਪੁੱਤਰ ਚਰਨ ਛੋਹ ਪ੍ਰਾਪਤ ਧਰਤੀ ਗੁਰਦਾ ਡੇਰਾ ਸਾਹਿਬ ਗੁਰਦਾਸਪੁਰ ਔਰ ਕਰਤਾਰਪੁਰ ਸਾਹਿਬ ਪਾਕਿਸਤਾਨ, ਇਸ ਪਾਵਨ ਧਰਤੀ 'ਤੇ ਗੁਰੂ ਸਾਹਿਬ ਨੇ ਆਪਣੀ ਹਯਾਤੀ ਦੇ ਅਖੀਰਲੇ 18 ਸਾਲ ਕਿਰਤ ਕਮਾਈ ਕਰਕੇ, ਸੱਚੀ ਸੁੱਚੀ ਕਿਰਤ ਕਰਕੇ ਮਹਾਰਾਜ ਸਾਹਿਬ ਨੇ ਇੱਕ ਨਵੀਂ ਸੇਧ ਦਿੱਤੀ ਸਮੁੱਚੇ ਪੰਥ ਸਮੁੱਚੀ ਕੌਮ ਨੂੰ। ਔਰ ਉਹਨਾਂ ਦੀ ਇਸ ਚਰਨ ਛੋਹ ਪ੍ਰਾਪਤ ਪਾਵਨ ਪਵਿੱਤਰ ਧਰਤੀ 'ਤੇ ਗੁਰਦੁਆਰਾ ਦਰਬਾਰ ਸਾਹਿਬ ਜਿਹੜਾ ਡੇਰਾ ਸਾਹਿਬ ਹੈ, ਇਹਦੀ ਕਾਫੀ ਲੰਬੇ ਸਮੇਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਥ ਦੀ ਮਾਇਆ ਨਾਲ ਸ਼ਸਤੀ ਅਕਾਲ ਪੁਰਖ ਵਾਹਿਗੁਰੂ ਸਾਜੀ ਨਿਵਾਜੀ ਸ਼ਖਸੀਅਤ ਸੰਤ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲੇ ਕਾਰ ਸਾਹਿਬ ਵਾਲੇ ਮਹਾਂਪੁਰਸ਼ਾਂ ਨੂੰ ਬੇਨਤੀ ਕਰਕੇ ਸੇਵਾ ਦਿੱਤੀ ਸੀ ਦਰਬਾਰ ਹਾਲ ਦੀ, ਲੰਗਰ ਹਾਲ ਦੀ, ਇਹ ਤਾਂ ਜਿੰਨੀਆਂ ਵੀ ਹੋਰ ਸੇਵਾਵਾਂ ਸੰਬੰਧਿਤ ਨੇ, ਉਹ ਸੇਵਾ ਦਿੱਤੀ। ਉਦੋਂ ਤੋਂ ਲੈ ਕੇ ਸੰਗਤਾਂ ਦੇ ਭਰਪੂਰ ਸਹਿਯੋਗ ਦੇ ਨਾਲ ਮਹਾਂਪੁਰਸ਼ਾਂ ਨੇ ਬੜੀ ਭਾਵਨਾ, ਬੜੀ ਸ਼ਰਧਾ ਅਤੇ ਬੜੇ ਉਤਸ਼ਾਹ ਦੇ ਨਾਲ ਸਾਰੀ ਸਮੁੱਚੀ ਜਿਹੜੀ ਸੇਵਾ ਕੀਤੀ ਹੈ। ਗੁਰੂ ਸਾਹਿਬ ਦੀ ਬੜੀ ਬਖਸ਼ਿਸ਼ ਹੋਈ ਹੈ ਕਿ ਇਹ ਹੁਣ ਆਪਣੀ ਪ੍ਰਵਾਨ ਚੜ੍ਹ ਰਹੀ ਹੈ ਔਰ ਦਰਬਾਰ ਹਾਲ ਕੰਪਲੀਟ ਹੋ ਚੁੱਕਾ, ਮੁਕੰਮਲ ਹੋ ਚੁੱਕਾ। ਥੱਲੇ ਪਾਲਕੀ ਸਾਹਿਬ ਜਿਹੜੀ ਪੁਰਾਤਨ ਸੀ ਸ਼ੇਰੇ ਪੰਜਾਬ ਵੇਲੇ ਦੀ, ਉਹਦੇ ਵੀ ਸੋਨੇ ਦੀ ਸੇਵਾ ਵੱਡੀ, ਦਰਬਾਰ ਹਾਲ ਦੀ ਵੱਡੀ ਪਾਲਕੀ 'ਚ ਵੀ ਸੋਨੇ ਦੀ ਸੇਵਾ ਸਾਰੀ ਹੋਈ, ਬੜੀ ਵੱਡੀ ਪਾਲਕੀ ਸੁੰਦਰ ਬਣੀ ਹੈ। ਔਰ ਨਾਲ ਦੀ ਨਾਲ ਦਰਬਾਰ ਹਾਲ ਦਾ ਜਿਹੜਾ ਉੱਪਰਲਾ ਗੁੰਬਦ ਹੈ, ਉੱਥੇ ਵੀ ਸੋਨੇ ਦੀ ਕੰਪਲੀਟ ਮੁਕੰਮਲ ਸੇਵਾ ਹੋ ਚੁੱਕੀ ਹੈ। ਨਾਲ ਹੁਣ ਜਿਹੜੇ ਸੰਬੰਧਿਤ ਪਾਲਕੀ ਸਾਹਿਬ ਨਾਲ ਕਲਸ, ਛੋਟੀਆਂ ਕਲਸੀਆਂ ਨੇ, ਇਹ ਸਾਰੀ ਸੇਵਾ ਅੱਜ ਹੁਣ 16 ਜਿਹੜੇ ਨਾਲ ਕਲਸ ਨੇ ਗੁੰਬਦ ਦੇ ਆਲੇ ਦੁਆਲੇ, ਉਹਨਾਂ ਦੀ ਸੋਨੇ ਦੀ ਸੇਵਾ ਜਿਹੜੀ ਕੀਤੀ ਬਾਬਾ ਜੀ ਨੇ ਸੰਗਤਾਂ ਦੇ ਸਹਿਯੋਗ ਦੇ ਨਾਲ। ਔਰ ਉਹ ਅੱਜ ਤੋਂ ਉਹਨਾਂ ਦੀ ਫਿਟਿੰਗ ਜਿਹੜੀ ਸ਼ੁਰੂ ਹੋਈ ਹੈ, ਕਾਰੀਗਰਾਂ ਨੇ ਸਾਰਿਆਂ ਨੇ ਆਪਣੇ ਹੱਥੀਂ ਸਾਰੀ ਕਾਰਕਮਾਂ ਨਾਲ ਇਹ ਸੇਵਾ ਕਰਨੀ ਹੈ। ਗੁਰੂ ਸਾਹਿਬ ਦੀ ਜ਼ਿੰਦਗੀ ਦਾ ਜਿਹੜਾ ਸਮੁੱਚਾ ਜੀਵਨ ਹੈ ਮਹਾਰਾਜ ਸਾਹਿਬ ਦਾ, ਉਹ ਤਕਰੀਬਨ 3 ਪੜਾਵਾਂ ਵਿੱਚ ਵੰਡਿਆ ਜਾਂਦਾ ਹੈ। ਪਹਿਲਾ ਬਚਪਨ ਅਤੇ ਜਵਾਨੀ ਦਾ, ਜਿਹੜਾ ਤਲਵੰਡੀ ਰਾਏਪੁਰ ਨਨਕਾਣਾ ਸਾਹਿਬ ਪਾਵਨ ਪੁੱਤਰ ਧਰਤੀ 'ਤੇ, ਉਸ ਤੋਂ ਬਾਅਦ ਉਦਾਸੀਆਂ ਦਾ, ਉਸ ਤੋਂ ਬਾਅਦ ਫਿਰ ਗੁਰੂ ਸਾਹਿਬ ਦਾ ਜਿਹੜਾ ਜੀਵਨ ਹੈ ਅਖੀਰਲਾ ਜੀਵਨ, ਇੱਥੇ ਕਰਤਾਰਪੁਰ ਸਾਹਿਬ ਦੀ ਜਿਹੜੀ ਅਖੀਰਲਾ ਸਮਾਂ 18 ਸਾਲ ਮਹਾਰਾਜ ਸਾਹਿਬ ਨੇ ਹੱਥੀਂ ਖੇਤੀ ਕਰਕੇ ਇੱਕ ਨਵੀਂ ਸਿਹਤ ਕੌਮ ਨਵਾਂ ਸਿਧਾਂਤ ਬਖਸ਼ਿਸ਼ ਕੀਤਾ। ਔਰ ਉਸ ਸਿਧਾਂਤ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਇਹ ਜਿਹੜੇ ਪਾਵਨ ਪਵਿੱਤਰ ਅਸਥਾਨ ਨੇ ਨਨਕਾਣਾ ਸਾਹਿਬ, ਪੰਜਾ ਸਾਹਿਬ, ਇਹ ਤਾਂ ਕਰਤਾਰਪੁਰ ਸਾਹਿਬ ਕਿਉਂਕਿ ਹੁਣ 47 ਦੀ ਵੰਡ ਤੋਂ ਬਾਅਦ ਉਹ ਪਾਕਿਸਤਾਨ ਦਾ ਹਿੱਸਾ ਬਣ ਗਿਆ। ਸਿੱਖੀ ਜਿਹੜੀ ਹੈ, ਜਿਹੜਾ ਪਹਿਲਾ ਆਪਣਾ ਹੈਗਾ ਦੱਖਣੀ ਪੰਜਾਬ, ਉਹਦੇ ਵਿੱਚ ਸਿੱਖੀ ਨੇ ਜਨਮ ਲਿਆ ਨਨਕਾਣਾ ਸਾਹਿਬ ਦੀ ਪਵਿੱਤਰ ਧਰਤੀ 'ਤੇ। ਔਰ ਜਿਹੜਾ ਪੂਰਬੀ ਪੰਜਾਬ ਹੁਣ ਮੌਜੂਦਾ ਹਿੰਦੁਸਤਾਨ ਵਿੱਚ ਪੰਜਾਬ ਦਾ ਹਿੱਸਾ ਹੁੰਦਾ ਹੈ, ਇਸ 'ਤੇ ਸਿੱਖੀ ਜਿਹੜੀ ਹੈ ਉਹ ਪਲੀ ਔਰ ਇਹਦੀ ਪਰਵਰਿਸ਼ ਹੋਈ, ਸੰਪੂਰਨ ਚੜ੍ਹੀ, ਪ੍ਰਵਾਨ ਚੜ੍ਹੀ, ਔਰ ਇਹ ਦੋਨੋਂ ਸਾਰਾ ਇਲਾਕਾ ਜਿਹੜਾ ਸਮੁੱਚਾ ਪੁਰਾਣਾ ਪੰਜਾਬ ਜਿਹੜਾ ਆਉਂਦਾ ਹੈ, ਇਹ ਸਾਰਾ ਗੁਰੂ ਸਾਹਿਬ ਗੁਰੂ ਸਾਹਿਬਾਨ ਦੀ ਪਾਵਨ ਪਵਿੱਤਰ ਚਰਨ ਛੋਹ ਦੀ ਪ੍ਰਾਪਤ ਹੈ, ਮੁਬਾਰਕ ਧਰਤੀ ਹੈ। ਸੋ ਮੈਂ ਅਕਾਲ ਪੁਰਖ ਵਾਹਿਗੁਰੂ ਦਾ ਕੋਟਾਨ ਕੋਟ ਦਿਲ ਦੀਆਂ ਗੱਲਾਂ ਦਾ ਧੰਨਵਾਦ ਕਰਦਾ, ਧੰਨ ਧੰਨ ਗੁਰੂ ਨਾਨਕ ਸਾਹਿਬ ਦਾ, ਜਿਨ੍ਹਾਂ ਨੇ ਬੜੀ ਵੱਡੀ ਮਿਹਰ ਬਖਸ਼ਿਸ਼ ਕਰਕੇ ਬਾਬਾ ਜੀ ਦਾ ਆਪ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਸੰਗਤਾਂ ਦੇ ਭਰਪੂਰ ਪਿਆਰ ਸਹਿਯੋਗ ਦੇ ਨਾਲ ਇਹ ਵੱਡੀਆਂ ਸੇਵਾਵਾਂ ਜਿਹੜੀਆਂ ਨੇ ਇਹ ਚੱਲ ਰਹੀਆਂ ਨੇ। ਕਿਉਂਕਿ ਮਹਾਂਪੁਰਸ਼ਾਂ ਕੋਲ ਕੇਵਲ ਆਪਣਾ ਇਸ ਡੇਰਾ ਸਾਹਿਬ ਦੀ ਸੇਵਾ ਹੀ ਨਹੀਂ, ਬਲਕਿ ਬਹੁਤ ਵੱਡੀਆਂ ਸੇਵਾਵਾਂ ਜਿਹੜੀਆਂ ਗੁਰੂ ਘਰ ਦੀਆਂ, ਦਰਬਾਰ ਹਾਲਾਂ ਦੀਆਂ, ਦੀਵਾਨ ਹਾਲਾਂ ਦੀਆਂ, ਲੰਗਰ ਹਾਲਾਂ ਦੀਆਂ, ਔਰ ਇੱਥੋਂ ਤੱਕ ਵਿਦਿਆਲੇ ਵੀ, ਕਾਲਜ, ਸਕੂਲ ਵੀ, ਮਹਾਂਪੁਰਸ਼ਾਂ ਨੇ ਬੜੀ ਬੜੀ ਮਿਹਨਤ ਔਰ ਸਮੁੱਚੇ ਸੰਗਤਾਂ ਦੇ ਸਹਿਯੋਗ ਨਾਲ ਜਿਹੜੇ ਚਲਾਏ ਆ। ਸੋ ਗੁਰੂ ਸਾਹਿਬ ਕਿਰਪਾ ਕਰਨ ਇਸੇ ਤਰ੍ਹਾਂ ਸੰਗਤਾਂ ਦਾ ਪਿਆਰ ਬਣਿਆ ਰਹੇ, ਔਰ ਕਿਉਂਕਿ ਵੱਡੇ ਕਾਰਜ ਨੇ, ਸੰਗਤਾਂ ਦੇ ਵੱਡੇ ਸਹਿਯੋਗ ਦੇ ਨਾਲ ਹੀ ਇਹ ਪ੍ਰਵਾਨ ਚੜ੍ਹਦੇ ਆ। ਇਸ ਕਰਕੇ ਮੈਂ ਸਨਿਮਰ ਸਮੁੱਚੀਆਂ ਸੰਗਤਾਂ ਨੂੰ ਚਰਨਾਂ 'ਚ ਬੇਨਤੀ ਵੀ ਕਰਦਾ ਕਿ ਤਨ, ਮਨ ਅਤੇ ਧਨ ਦੇ ਨਾਲ ਮਹਾਂਪੁਰਸ਼ਾਂ ਦਾ ਇਹ ਸੇਵਾਵਾਂ ਚੱਲਦੀਆਂ ਸੇਵਾਵਾਂ 'ਚ ਜਿਹੜਾ ਸਹਿਯੋਗ ਦਿੱਤਾ ਜਾਵੇ, ਤਾਂ ਕਿ ਇਹ ਸੇਵਾਵਾਂ ਜਿਹੜੀਆਂ ਨੇ ਅਖੀਰ ਮੁਕੰਮਲਤਾ ਦਾ ਰੂਪ ਧਾਰ ਕੇ ਸਮੁੱਚੀਆਂ, ਕਿਉਂਕਿ ਪੰਥ ਨੂੰ ਸਮਰਪਿਤ ਹੋਣੀਆਂ ਨੇ, ਸਿੱਖ ਸੰਗਤਾਂ ਨੂੰ ਸਮਰਪਿਤ ਹੋਣੀਆਂ ਨੇ, ਇਹ ਸਾਰੇ ਵੱਡੇ ਕਾਰਜ ਵੱਡੀਆਂ ਸੇਵਾਵਾਂ ਦੇ ਨਾਲ ਹੀ ਪ੍ਰਵਾਨ ਚੜ੍ਹਦੇ ਆ। ਸੋ ਸਾਰੀਆਂ ਸੰਗਤਾਂ ਜਿਸ ਤਰ੍ਹਾਂ ਦਾ ਪਿਆਰ ਸਹਿਯੋਗ ਬਾਬਾ ਜੀ ਨੂੰ ਦੇ ਰਹੇ ਆ, ਇਸ ਤਰ੍ਹਾਂ ਆਉਣ ਵਾਲੇ ਸਮੇਂ ਵਿੱਚ ਬਣਿਆ ਰਹੇ, ਔਰ ਗੁਰੂ ਸਾਹਿਬ ਬਖਸ਼ਿਸ਼ ਕਰਨ, ਇਹਨਾਂ ਤੰਦਰੁਸਤੀ ਚੜ੍ਹਦੀ ਗੱਲ ਲੰਬੀ ਆਈ ਜਿਹੜੀ ਹੈ ਪੰਥ ਦੀਆਂ ਸੇਵਾਵਾਂ ਵਾਸਤੇ ਬਖਸ਼ਿਸ਼ ਕਰਨ, ਇਸੇ ਤਰ੍ਹਾਂ ਭਾਵਨਾ ਦੇ ਨਾਲ ਸੰਗਤਾਂ ਦੇ ਪਿਆਰ ਸਹਿਯੋਗ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਇਹ ਸੇਵਾਵਾਂ ਜਿਹੜੀਆਂ ਆਉਣ ਵਾਲੇ ਸਮੇਂ 'ਚ ਇਸ ਤਰ੍ਹਾਂ ਨਿਰੰਤਰ ਜਾਰੀ ਰਹਿਣ। ਸਾਰਿਆਂ ਸਿੱਖ ਸੰਗਤਾਂ ਦਾ ਉਚੇਚੇ ਤੌਰ 'ਤੇ ਸਤਿਕਾਰਯੋਗ ਪ੍ਰਧਾਨ ਸਾਹਿਬ
ਸਰਦਾਰ ਹਰਜਿੰਦਰ ਸਿੰਘ ਧਾਮੀ ਸਾਹਿਬ ਜਿਹੜੇ ਐਡਵੋਕੇਟ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ, ਉਹਨਾਂ ਵੱਲੋਂ ਉਚੇਚੇ ਤੌਰ 'ਤੇ ਸਤਿਕਾਰਯੋਗ ਬਾਬਾ ਜੀ ਦਾ ਧੰਨਵਾਦ ਹੈ। ਸਮੁੱਚੇ ਮੈਂਬਰਾਂ ਸਾਹਿਬ ਵੱਲੋਂ ਅਤੇ ਸਾਰੀ ਸੰਗਤ ਵੱਲੋਂ ਬਹੁਤ ਬਹੁਤ ਧੰਨਵਾਦ। ਪਾਵਨ ਧਰਤੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਰਸੋਈ ਨਗਰੀ ਡੇਰਾ ਬਾਬਾ ਨਾਨਕ ਗੁਰਦਾਸਪੁਰ ਵਿਖੇ ਜੋ ਗੁਰਦਰਬਾਰ ਸਾਹਿਬ ਦਾ ਸੇਵਾ ਲੰਮੇ ਸਮੇਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਾਰ ਸੇਵਾ ਖਡੂਰ ਸਾਹਿਬ ਨੂੰ ਸੇਵਾ ਸੌਂਪੀ ਸੀ। ਸੋ ਦਰਬਾਰ ਸਾਹਿਬ ਦੀ ਸੇਵਾ ਉਪਰੰਤ ਉੱਪਰ ਜਿਹੜਾ ਕਲਸ਼ ਦੀ ਸੋਨੇ ਦੀ ਸੇਵਾ ਸ਼ੁਰੂ ਹੋਈ ਪਿਛਲੇ ਸਾਲ 2 ਸਾਲ ਤੋਂ ਦਾ, ਉਹ ਪੜਾਅ ਦਰ ਪੜਾਅ 'ਚ ਉਸ ਮੁਤਾਬਕ ਜੋ ਜੇ ਜਿਵੇਂ ਸੰਗਤਾਂ ਸਹਿਯੋਗ ਦਿੰਦੀਆਂ ਸੋਨੇ ਦੀ ਸੇਵਾ ਦੇ, ਉਹ ਕਲਸ਼ੀਆਂ ਤਿਆਰ ਹੋ ਕੇ ਤੋਂ ਅੱਜ ਉਸ ਪੜਾਅ ਦੇ ਵਿੱਚ ਅੱਜ ਸੇਵਾ ਉੱਤੇ ਸੁਸ਼ੋਭਿਤ ਹੋਈ ਆ, ਜਿਸ ਵਿੱਚ ਸਰਦਾਰ ਰਜਿੰਦਰ ਸਿੰਘ ਜੀ ਮਹਿਤਾ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਨਰਲ ਸਕੱਤਰ ਨੇ, ਉਹ ਵੀ ਚੇਚੇ ਤੌਰ 'ਤੇ ਇਸ ਵਿੱਚ ਸ਼ਾਮਿਲ ਹੋਏ ਨੇ, ਉਹਨਾਂ ਦੀ ਇਹ ਸੇਵਾ ਵਿੱਚ ਮਤਲਬ ਆਪਾਂ ਸਮੂਲਿਤ ਹੋਈ ਆ। ਸੋ ਇਹ ਮਤਲਬ ਬੜਾ ਪਵਿੱਤਰ ਸਥਾਨ ਹੈ ਜਿੱਥੇ 18 ਸਾਲ ਗੁਰੂ ਨਾਨਕ ਦੇਵ ਮਹਾਰਾਜ ਜੀ ਪਾਵਨ ਧਰਤੀ ਕਰਤਾਰਪੁਰ ਸਾਹਿਬ ਦੀ ਡੇਰਾ ਬਾਬਾ ਨਾਨਕ ਧਰਤੀ ਨੂੰ ਮਤਲਬ ਭਾਗ ਲਾਇਆ, ਅਤੇ ਇਹ ਮਹਾਰਾਜ ਜੀ ਸਿੰਘ ਦੇ ਵੇਲੇ ਦੇ ਜਿਹੜੇ ਕਲਸ਼ ਜਿਹੜਾ ਹੈਗੇ ਜਿੰਨੇ ਵੀ ਪੱਤਰ ਨੇ ਜਾਂ ਕਲਸੀਆਂ ਨੇ, ਉਹਨੇ ਉਸ ਵੇਲੇ ਦੀਆਂ ਬਣੀਆਂ, ਉਹਨੇ ਉੱਤੇ ਹੀ ਹੋਰ ਦੁਬਾਰਾ ਸੋਨਾ ਲਾ ਕੇ ਉਹਨੂੰ ਸ਼ੋਭਿਤ ਕੀਤਾ। ਪੁਰਾਤਨਤਾ ਨੂੰ ਮਤਲਬ ਮੁੱਖ ਰੱਖ ਕੇ ਇਹ ਅੱਜ ਸੇਵਾ ਦਾ ਆਰੰਭ ਹੋਇਆ। ਬਾਬਾ ਕਿੰਨੇ ਟੋਟਲ ਕਲਸ਼ ਕਿੰਨੇ ਨੇ? ਇਹ 16 ਕਲਸੀਆਂ ਜੀ। ਕਿੰਨਾ ਸੋਨਾ ਲੱਗਿਆ ਇਹਨਾਂ? ਇਹ ਸੋਨਾ ਤਾਂ ਹੁਣ ਤੱਕ ਲਗਭਗ 10 ਕਿਲੋ ਉੱਤੇ ਲੱਗ ਚੁੱਕਾ ਜਿਹੜਾ ਦੁਬਾਰਾ ਲਾਗਾ, ਅਤੇ 4 ਕਿਲੋ ਥੱਲੇ ਜਿਹੜਾ ਪਾਲਕੀ ਸਾਹਿਬ ਉਹਨੂੰ ਵੱਖਰਾ ਲੱਗਾ, ਪਹਿਲਾਂ ਉਹ ਨਵੀਂ ਪਾਲਕੀ ਬਣਾਈ ਸੀ, ਅਤੇ ਕਲਸ਼ ਦੇ ਆਪਣੇ ਗੁੰਬਜ ਦੇ ਉੱਤੇ ਲਗਭਗ 10 ਕਿਲੋ ਸੋਨਾ ਹੁਣ ਤੱਕ ਚੜ੍ਹ ਚੁੱਕਾ, ਅਤੇ ਆਉਣੇ ਸਮੇਂ 'ਚ ਵੇਖੋ ਜਿਵੇਂ ਜਿਵੇਂ ਮਹਾਰਾਜ ਪਾਤਸ਼ਾਹ।